ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ, ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ। ਤੇ ਅੱਜ ਆਪਾਂ ਇਹ ਭੈਣਾਂ ਨੇ ਮੈਨੂੰ ਕਿਹਾ ਸੀਗਾ ਕਿ ਵੀਰੇ ਜਦੋਂ ਕੋਈ ਵੀ ਸਾਥੀ ਜੀ ਬਣਾਉਂਦੇ ਨਾ ਵੀ ਸ਼ੁਰੂ ਤੋਂ ਲੈ ਕੇ ਦੱਸਿਆ ਕਰੋ ਵੀ ਕਿਵੇਂ ਤੁਸੀਂ ਗਰੀਬੀ ਬਣਾਉਂਦੇ ਜਾਂ ਕੁਛ ਵੀ, ਹੈ ਨਾ। ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਵੜੀਆਂ। ਤੁਹਾਨੂੰ ਪਤਾ ਹੀ ਆ ਅੰਮ੍ਰਿਤਸਰ ਲਿਆਉਂਦਾ ਸੀ ਅੰਮ੍ਰਿਤਸਰੀ ਵੜੀ, ਤੇ ਇਹਦਾ ਮਸਾਲਾ ਵੀ ਆਪਾਂ ਗ੍ਰੈਂਡ ਕਰਕੇ ਰੱਖ ਲਿਆ ਗਾ, ਗ੍ਰੈਂਡ ਕਰ ਲਿਆ। ਤੇ ਬਸ ਚਾਹ ਪੀਣ ਤੋਂ ਬਾਅਦ ਫਿਰ ਤਿਆਰੀ ਕਰਦੇ ਹਾਂ ਬਣਾਉਂਦੇ ਹਾਂ ਸਬਜ਼ੀ। ਤੇ ਮੈਂ ਤਾਂ ਹੁਣ ਜਾਣੀ ਕਿ ਵੀ ਜੱਟ ਨੂੰ ਦੁੱਧ ਪਈ ਜਾਂਦੇ ਅੰਦਰ ਬੈਠੇ, ਤੇ ਮੈਂ ਕਿਹਾ ਚਲੋ ਮੈਂ ਟਾਈਮ ਨਾਲ ਸਬਜ਼ੀ ਬਣਾ ਦਾ, ਮੁੜ ਕੇ ਦੁੱਧ ਦੱਧ ਵੀ ਲੈਣ ਜਾਣਾ ਹੁੰਦਾ, ਦੁੱਧ ਲੈ ਕੇ ਜਾਂਦਾ ਬਾਅਦ 'ਚ, ਕਿਉਂਕਿ ਡੇਅਰੀ 7 ਵਜੇ ਚਲੀ ਜਾਂਦੀ ਹੈ। ਹੋਰਾਂ ਡੈਰੀਆਂ 'ਤੇ ਵੀ ਮਿਲਦਾ ਦੁੱਧ, ਪਰ ਜਿਹੜਾ ਆਪਾਂ ਮੰਨ ਕੇ ਚਲੋ ਗਾਂ ਦਾ ਲੈਣਾ, ਉਹ ਉੱਥੇ ਉਹ ਡੇਅਰੀ 'ਤੇ ਗਾਂ ਦਾ ਹੀ ਮਿਲੂਗਾ। ਜੇ ਮੱਝ ਦਾ ਲੈਣਾ ਗਾ ਸਾਰੇ ਕਿਸੇ ਸਾਡੇ ਕਿਸੇ ਡੈਅਰੀ 'ਤੇ ਵੀ ਮੱਝ ਦਾ ਨਹੀਂ ਮਿਲੂਗਾ, ਤੁਹਾਨੂੰ ਮਿਕਸ ਦੁੱਧ ਮਿਲੂਗਾ। ਉਹ ਡੈਅਰੀ 'ਤੇ ਮੱਝ ਦਾ ਹੀ ਮਿਲੂਗਾ ਜੇ ਮੱਝ ਦਾ ਕਹਾਂਗੇ ਆਪਾਂ, ਨਹੀਂ ਤਾਂ ਆਮ ਡੈਅਰੀਆਂ 'ਤੇ ਕੀ ਕਰਦੇ ਆ ਮੱਝ ਦਾ ਕਹਿ ਕੇ ਮਿਕਸ ਦੁੱਧ ਦੇ ਦਿੰਦੇ ਆ, ਅਤੇ ਉਹ ਆਪਾਂ ਨੂੰ ਮਲਾਈ 'ਤੇ ਪਤਾ ਲੱਗ ਜਾਂਦਾ। ਤੁਹਾਨੂੰ ਪਤਾ ਹੀ ਆਪਾਂ ਪਿੰਡਾਂ 'ਚ ਰਹਿੰਦੇ ਹਾਂ, ਆਪਾਂ ਨੂੰ ਪਤਾ ਹੈ, ਚਲੋ ਸ਼ਹਿਰਾਂ 'ਚ ਤਾਂ ਨਹੀਂ ਪਤਾ ਲੱਗਦਾ ਹੈ ਨਾ। ਅਤੇ ਫਿਲਹਾਲ ਤਾਂ ਆਪਾਂ ਗਾਂ ਦਾ ਦੁੱਧ ਹੀ ਲੈਂਦੇ ਹਾਂ, ਜੱਗ ਨੂੰ ਤਾਂ ਕਰਕੇ ਹਲਕਾ ਹੁੰਦਾ ਨਾ। ਬਸ ਮੈਂ ਚਾਹ ਪੀ ਲਾ, ਫਿਰ ਆਪਾਂ ਕਰਦੇ ਹਾਂ ਤਿਆਰੀ। ਤੇਲ ਦੇ ਵਿੱਚ ਭੁੱਜੀ ਜਾਂਦਾ, ਅਤੇ ਉਸ ਤੋਂ ਬਾਅਦ ਆਪਾਂ ਨਮਕ ਪੈ ਗਿਆ ਮਸਾਲਾ ਤੇਜ਼ ਬਾੜਾ, ਫਿਰ ਮੈਂ ਤਾਂ ਇੰਨਾ ਕੁ ਪਾ ਲੂੰਗਾ। ਹਲਦੀ ਆ ਗਈ, ਹਲਦੀ ਅਤੇ ਜਿਹੜੀ ਮਿਰਚ ਹੈ ਲਾਲ ਮਿਰਚ ਉਹ ਅਸੀਂ ਸਿਰਫ ਇਹਨੂੰ ਹੀ ਪਾਉਣੀ ਹੈ, ਇਹਨੂੰ, ਕਿਉਂਕਿ ਵੈਸੇ ਪਾਉਂਦੇ ਵੀ ਨਹੀਂ ਕਈ ਵਾਰ ਅਸੀਂ। ਅਤੇ ਉਸ ਤੋਂ ਬਾਅਦ ਰਮਨ ਕੱਪੜੇ ਲਾ ਕੇ ਗਈ ਹੈ ਥੱਲੇ ਨੀਚੇ ਛੱਤ ਤੋਂ, ਅਤੇ ਤਾਂ ਕਹੀ ਜਾਂਦੀ ਮੈਂ ਵੀ ਕਹੀ ਜਾਂਦੀ ਹਾਂ, ਕਹੀ ਜਾਂਦਾ ਕਿਉਂ ਕਹੀ ਜਾਂਦੀ ਮੋਟੇ ਮੋਟੇ ਉਹਨੂੰ ਐਂ ਸੀ ਮੈਂ ਨਾ ਰਹਿ ਜਾ। ਅਤੇ ਆਹ ਦੇਖੋ ਐਂ ਆਪਾਂ ਲੂਣ ਮਿਰਚ ਪਾਣੀ ਦੇ ਵਿੱਚ ਖੋਰ ਲਈ ਜੀ। ਜਪ ਨੂਰ ਬਿਸਤਰੇ 'ਤੇ ਪਾਇਆ ਸੀਗਾ, ਉਹ ਫਿਰਦਾ ਨੀਚੇ ਉਤਰ ਗਿਆ ਬਿਸਤਰੇ ਤੋਂ, ਕੀ ਗੱਲ ਹੈ ਆਪਾਂ ਨੂੰ ਕੀ ਗੱਲ ਹੈ, ਤੁਸੀਂ ਨੀਚੇ ਉਤਰੇ ਫਿਰਦੇ ਆ ਹੈਂ, ਆਹ ਵੇਖ ਲਾ ਭੂਆ ਜੀ ਕੁੱਟਣਗੇ ਸਾਰੇ ਨਾਲੇ ਦਾਦੀ ਹੋਣੀ ਹੈਂ, ਇਹਨੂੰ ਨਾ ਤਾਂ ਅਸੀਂ ਐਂ ਪਾ ਦਿੰਦੇ ਜੀ ਨੀਚੇ ਬੈੱਡ ਤੋਂ ਨਾ ਡਿੱਗਣ ਦਾ ਹੁੰਦਾ ਗਾ, ਹੁਣ ਇਹ ਪਾਲਟੀ ਮਾਰ ਲੱਗ ਗਈ ਆ, ਸਾਨੂੰ ਐਂ ਆ ਵੀ ਡਿੱਗ ਡੁੱਗ ਨਾ ਪਵੇ, ਤਾਂ ਕਰਕੇ ਫਿਰ ਹੁਣ ਗੱਦੀ 'ਤੇ ਪਾਇਆ। ਚੱਲ ਕੱਲ੍ਹ ਤਾਂ ਮੈਂ ਵੈਸੇ ਹੀ ਪਾਤਾ ਸੀਗਾ ਨੀਚੇ ਕੋਲੇ ਬਹਿ ਗਿਆ ਸੀਗਾ, ਅਤੇ ਉਹ ਆ ਗਈ ਮੋਮ ਜਪ ਨੂਰ ਦੀ ਆਪਣੀ ਖੇਡਣ ਦੀ ਉਮਰ। ਅੱਛਾ ਜੀ, ਤੇ ਫਿਰ ਮੈਂ ਬੱਚਾ ਧੁੱਪ ਬਹੁਤ ਜ਼ਿਆਦਾ ਧੁੱਪ ਦੀ ਤੇ ਹੈਗੀ ਜਿਹੜੀ ਇੱਕ ਤੇਜ਼ ਹੁੰਦੀ ਹੈ ਅੱਛਾ ਕਿੱਥੇ ਜੀ
जपनू रे की करी जाना मेरा पुत्तू की करता की करता है पता पापा तहु देखी जाना मैं की करते रहे हाय हेलो सत श्री अकाल हेलो नहीं सत श्री अकाल करो जानी के भी एक कौली पानी नाल भी है गंढे जिहड़े क्योंकि लून पिया हुंदा है मिर्च पई हुंदी है सारे घुल के ते तरी संघनी हो जाती है सारे घुल जाते हैं उदू बाद जिहड़ा पानी पाउणा तुसीं तरी रखनी है तरी दे अनुसार जिन्नी की तरी रखनी है उन्ना का आपदा पानी पाओ तो सब्जी नूं रिझण वास्ते तर दो ऐ बणदी ग्रेवी देखो ये वड़गां पा लाऊंगा ना वड़गां मैं भुनतियां सी प्याजा दे मैं प्याज भुज गए जो नाल ही वड़गां पा दियां मैं वड़गां भी प्याजा दे नाल भुनतियां सी बन रहा ना मसाला टेंडरी मिंडरी वाला पूरा मसाला तैयार आ देखो बन गई संघनी संघनी ये हजे सेक लगेगा इधरों भी शराब बन जानी आ देखो नहीं तो गंढा कदे गंढा ना दसूगा तुहानू तजर्बा भी जानी कई बार लून मिर्च कदे लून वध घट हो गया कदे लून वध पै गया ऐ हो जांदा जे तुसीं लाल मिर्च नहीं पाउंदे ते दस गिणती दियां दस दस मिर्चां गिणती दियां पाओ तुसीं ग्रैंड करो ते एक चमच लून दा ते ना लून पाउण दी लोड़ पऊगी ना मिर्च पाउण दी लोड़ पऊगी एक बार मैं भट्ठे ते उठ गया सीगा मुंडिआं दे नाल ते उत्थे मैनूं कहिंदे सब्जी बना ते चलो मैं सब्जी सूजी बनाई जदों ते जदों सब्जी सूजी बनाई मैं जदों ते एक मिंट मैनूं गल पूरी कर लैंदे सब्जी सब्जी बनाई जदों मैं जदों कुकरी है जदों ना सब्जी बनाई ਤੇ ਮੁੰਡੇ ਕਹਿੰਦੇ ਯਾਰ ਵੀ ਲੂਣ ਚੱਕਣ ਦੀ ਲੋੜ ਨਹੀਂ ਘਰੇ ਕਹਿੰਦੇ ਵੀ ਐਂ ਕਰਕੇ ਬੁੜੀਆਂ ਕਦੇ ਮਿਰਚ ਵੱਧ ਪਾ ਕੇ ਕਿਤੇ ਕਿਵੇਂ ਹਨਾ ਉਹ ਬਈ ਨੇ ਥੋੜੇ ਦਿਨਾਂ ਬਾਅਦ ਜਦੋਂ 15 ਕੁ ਦਿਨਾਂ ਬਾਅਦ ਘਰੇ ਆਏ ਮੈਂ ਉਹਨਾਂ ਦੇ ਨਾਲ ਹੀ ਰਿਹਾ ਮਹੀਨੇ ਬਾਅਦ ਸੱਚ ਘਰੇ ਆਏ ਸੀਗੇ ਤੇ ਉਹ ਘਰਵਾਲੀ ਨੂੰ ਪਹਿਲਾਂ ਜੀਤਾ ਸਬਜ਼ੀ ਬਣਾਉਂਦਾ ਉਹਦੇ ਵਿੱਚ ਲੂਣ ਨਾਲ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਕੀ ਕਹਿੰਦਾ ਤੁਸੀਂ ਮਿਰਚਾਂ ਇੰਨੀਆਂ ਪਾ ਦਿੰਦੀਆਂ ਲੂਣ ਚੱਕਣ ਦੀ ਨਾ ਚਾਰ ਚੱਕਣ ਦੀ ਲੋੜ ਪਵੇ ਕਹਿੰਦਾ ਉਹਦੇ ਘਰਵਾਲੀ ਕਹਿੰਦੀ ਜਾ ਤੂੰ ਜੀਤੇ ਕੋਲ ਹੀ ਜਾ ਵੜਾ ਮੈਥੋਂ ਨਹੀਂ ਬਣਦੀ ਉਹਦੇ ਵਰਗੀ ਸਬਜ਼ੀ ਅਤੇ ਉਹ ਉਸ ਤੋਂ ਬਾਅਦ ਭਰਜਾਈ ਮੈਨੂੰ ਛੇੜ ਲੱਗ ਗਈ ਸੀਗੀ ਮੇਰੇ ਕੇ ਸੌਂਕਣੇ ਮੇਰੇ ਘਰ ਵਾਲਾ ਖਰਾਬ ਕਰਤਾ ਤੂੰ ਮੈਨੂੰ ਸੌਂਕਣ ਕਹਿ ਕੇ ਛੇੜਨ ਲੱਗ ਗਈ ਸੀਗੀ ਉਹ ਨਾਲ ਦੇ ਪਿੰਡ ਦੇ ਸਮਾਧ ਦੇ ਹੀ ਆ ਯਾਰ ਦੋਸਤ ਆ ਮੁੰਡੇ ਉਹਨਾਂ ਦੇ ਨਾਲ ਗਿਆ ਸੀਗਾ ਜਪਨੂਰ ਅਤੇ ਜਪਨੂਰ ਦੇ ਮੰਮਾ ਟਿਕਦੀ ਨਹੀਂ ਪਈ ਸੀ ਮੈਂ ਉਹਨੂੰ ਹੱਥ ਦੇ ਕੇ ਥਾਪੜ ਕੇ ਸਵਾਈ ਜਾਵਾਂ ਪਰ ਫਿਰ ਵੀ ਨਾ ਸੋਵੇ ਪਰ ਮੇਰੀ ਉੱਧਰ ਨੀਂਦ ਅੱਡੀ ਗਾਲੀ ਹੋਈ ਪਈ ਸੀ ਜਪਨੂਰ ਉਹਦੇ ਪਾਪਾ ਕਿੱਥੇ ਦੇ ਜਪਨੂਰ ਏ ਜਪਨੂਰ ਉਹ ਦੱਦ ਆਪਾ ਇੱਥੇ ਬਿਠਾਈਏ ਕਰੀਏ ਇਹਨੂੰ ਹੂੰ ਜਪਨੂਰ ਇਹ ਕਹਿੰਦੇ ਹੁਣ ਨਾ ਜਪਨੂਰ ਨੂੰ ਬਿਠਾਇਆ ਕਰੋ ਤੁਸੀਂ ਤੂੰ ਬੈੰਦਾ ਨਹੀਂ ਕੀ ਗੱਲ ਹੈ ਟੋਲਾ ਕੇ ਤੂੰ ਬੁਕਲੇ ਚ ਪੈ ਨਹੀਂ ਕਰਦਾ ਹੈ ਤੂੰ ਬੜਾ ਪੀੜਾ ਬੰਦਾ ਹੈ ਬਈ ਅੱਕਾ ਦੇਖੇ ਜਿਵੇਂ ਕਹਦੇ ਡਰਾ ਦੇ ਜਪਨੂਰ ਡਰਾ ਦੋ ਡਰਾ ਦੋ ਕਿਵੇਂ ਡਰਾਉਣਾ ਨਾ ਭੂਆ ਨੂੰ ਭੂਆ ਨੂੰ ਕਿਵੇਂ ਡਰਾਉਣਾ ਨਾ ਕਿਵੇਂ ਕਿਵੇਂ ਕਰਦਾ ਉਹਨੇ ਬੈਠ ਕੇ ਨਹੀਂ ਲੇਟ ਕੇ ਬੋ ਹਾਂ ਸ਼ਾਮੀ ਨੂੰ ਉਹਨੂੰ ਵੀ ਬਣਵਾਉਣ ਜਾਣਾ
ਉਵੇਂ ਉਹਨੂੰ ਵੀ ਮਲਵਾ ਜਾਣਾ। ਸਾਡੇ ਦੇਖੋ ਪੇਟ ਖਰਾਬ ਹੋ ਗਿਆ ਸਾਡੇ, ਉੱਥੋਂ ਦੀ ਲੈ ਕੇ ਉੱਥੋਂ ਤੱਕ ਸਾਰੀ ਖਰਾਬ ਹੋ ਗਈ ਪੇਟ ਸਿਲਸਿਲੇ ਨਾਲ ਨਾਲ ਨੁਕਸਾਨ ਹੋ ਗਿਆ। ਚਲ ਕੋਈ ਨਹੀਂ, ਇਹ ਤਾਂ ਕੋਈ ਨਹੀਂ, ਇਹ ਤੇ ਨਾ ਬਸ ਗਲਤੀ ਹੋ ਗਈ ਨਾ ਜਿਹੜੀ ਇੱਕ ਇੱਕ ਲਾਈਨ ਹੋਰ ਨਹੀਂ ਲਵਾਈ ਪੈਰ, ਪਰ ਮੈਂ ਕਿਹਾ ਸੀਗਾ ਦੋ ਦੋ ਲਾਈਨਾਂ ਕੀ ਪੈਰ ਦੀਆਂ ਦੋ ਲਾਈਨਾਂ। ਉਹ ਤਾਂ ਫਿਰ ਜਦੋਂ ਲੈਣ ਲੱਗ ਗਈ ਮੈਂ ਤੈਨੂੰ ਇੱਕ ਇੱਕ ਹੋਰ ਕਿਹਾ ਸੀ ਟਾਇਲ ਲੱਗ ਜੂਗੀ, ਇੱਕ ਹੋਰ ਟਾਇਲ ਲੱਗ ਜਾਂਦੀ ਫਿਰ ਠੀਕ ਰਹਿਣਾ ਸੀਗਾ। ਤੇ ਅੰਦਰ ਜਿੰਨੀ ਭਾਜੀ ਨੇ ਵੀ ਮੈਨੂੰ ਕਿਹਾ ਸੀ ਕਿ ਬਰਾਬਰ ਹੀ ਕਰਾ ਲਾ ਅੰਦਰ ਜਿਵੇਂ ਸੇਮ, ਤੇ ਹੋਰ ਆਖੇ ਤਾਂ ਲੱਗਣਾ ਨਹੀਂ ਕਈ ਕੰਮਾਂ 'ਚ ਨਾ, ਕੰਮ ਪੁੱਠੇ ਹੋ ਗਏ, ਦੋ ਤਿੰਨ ਕੰਮ ਬੜੇ ਪੁੱਠੇ, ਪਰ ਰਮਾਉਣ ਤਾਂ ਨਹੀਂ ਪੈਂਦਾ। ਹਾਂ ਹੁਣ ਮੈਂ ਕਰ ਤੇਰੀ ਸੋਚ ਦੇ ਮੁਤਾਬਕ ਕਿਸੇ ਕੰਮ 'ਚ ਨਹੀਂ ਚੱਲਣਾ, ਮੈਂ ਸਬਜ਼ੀ ਵੀ ਨਹੀਂ ਬਣਾਉਣੀ ਤੇਰੀ ਸੋਚ ਦੇ ਮੁਤਾਬਕ, ਕਿਉਂਕਿ ਤੂੰ ਕੰਮ